ਹਾਇਰ ਐਜੂਕੇਸ਼ਨ ਯਾਨੀ ਉਹ ਇੱਥੇ ਜੋ ਮੈਂ ਕੈਲਕੂਲੇਸ਼ਨ ਲਾ ਰਿਹਾ ਸੀਗਾ ਉਹ ਇੱਥੇ ਇਕੱਠੇ ਕਰਨਾ, ਮੋਬਿਲਾਈਜ਼ ਕਰਨਾ, ਇਵੈਂਟਸ ਔਰਗਨਾਈਜ਼ ਕਰਨੇ, ਐਨਰਜੀ ਭਰ ਕੇ ਰੱਖਣਾ ਸਾਰਿਆਂ ਵਿੱਚ, ਇਹ ਬਹੁਤ ਅੱਛੀ ਇਹਨਾਂ ਦੀ ਸਿਫਤ ਹੈ। ਅਗਰ ਪੂਰੇ ਦੇਸ਼ ਵਿੱਚ ਇੱਕ ਬੰਦਾ ਦੇਖੋ ਨਾ ਜਿਸਨੂੰ ਫਿਕਰ ਹੁੰਦਾ ਤਾਂ ਡਾਕਟਰਾਂ ਨੂੰ ਛੁੱਟਾ ਰਹੀ ਹੈ। ਮੀਡੀਆ ਤੇ ਸਾਨੂੰ ਪਤਾ ਚੱਲਦਾ ਰਹਿੰਦਾ ਅੰਸ਼ੂ ਜੀ ਜਿੱਥੇ ਜਿੱਥੇ ਨੱਠੇ ਰਹਿੰਦੇ ਆ ਇਹਨਾਂ ਦੇ ਨਾਲ, ਇਹਨਾਂ ਦੇ ਸਾਥੀ ਸਾਰੇ। ਤਾਂ ਅੰਸ਼ੂ ਜੀ ਬਹੁਤ ਬਹੁਤ ਧੰਨਵਾਦ, ਸਾਨੂੰ ਤੁਹਾਡੇ ਵਰਗੇ ਲੀਡਰ ਦੀ ਲੋੜ। ਰੂਪ ਰੂਪ ਕਰਾਉਣਾ ਜਿਹੜਾ ਹੈ ਸਾਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਹੈ। ਮੀਟਿੰਗ ਨਹੀਂ ਕੋਈ ਐਸੀ ਮਤਲਬ ਕਿਸੇ ਨਾਲ ਆਪਾਂ ਕਹੀਏ ਵੀ ਮੀਟਿੰਗ ਵੀ ਫਿਰ ਜਾਂ ਵੈਸੇ ਮਿਲਣਾ ਹੋਵੇ, ਉੱਥੇ ਅੰਸ਼ੂ ਜੀ ਜ਼ਰੂਰ ਪਹੁੰਚਦੇ ਇਹਨਾਂ ਦੇ ਕੰਮ ਲਈ ਤੇ ਇਹਨਾਂ ਦੇ ਇਨੀਸ਼ੀਏਟਰ ਤੇ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਭਗਤੇ ਅੰਸ਼ੂ ਜੀ ਤੇ ਸਾਡੇ ਪੂਰੇ ਸ਼ੇਰੇ ਪੰਜਾਬ ਨੂੰ ਕਹਿੰਦੇ ਆ, ਸ਼ੇਰੇ ਪੰਜਾਬ ਆਏ ਜਿੱਥੇ ਵੀ ਜਾਂਦੇ ਆ ਇਹ ਉੱਥੇ ਪੰਜਾਬ ਦਾ ਨਾਮ ਲਾ ਕੇ ਆਉਂਦੇ ਆ। ਸਾਰੀ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਇਸ ਪੱਕਾ ਨੂੰ ਸਾਰੇ ਚੱਲਣ ਲੱਗ ਗਏ ਦਿੰਦੇ ਹੈ। ਸੋ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜਿਹੜਾ ਹਰ ਕੰਮ ਦੇ ਵਿੱਚ ਸਫਲ ਹੋ ਕੇ ਪੂਰੇ ਲਾ ਕੇ ਕੰਮ ਕਰਦੇ ਆ। ਅਸੀਂ ਹਮੇਸ਼ਾ ਤੁਹਾਡੇ ਨਾਲ ਜੁਸ਼ਾ। ਅੰਸ਼ੂ ਜੀ ਕਹਿੰਦੇ ਰਹਿੰਦੇ ਨੇ ਕਿ ਮੈਂ ਤੁਸੀਂ ਆਪਾਂ ਨੂੰ ਸਕਿੱਲਸ ਦੇ ਵਿੱਚ ਅੱਗੇ ਲੈ ਕੇ ਜਾਣਾ, ਪਰ ਇਹਨਾਂ ਦੀ ਹਮੇਸ਼ਾ ਪੂਰੀ ਸਪੋਰਟ ਰਹੀ ਹੈ। ਪਰ ਮੇਰੇ ਖਿਆਲ ਨਾਲ ਆਪਾਂ ਸਾਰੇ ਮਿਲ ਕੇ ਇਸ ਜੋ ਇਨੀਸ਼ੀਏਟਿਵ ਇਹਨਾਂ ਨੇ ਲਿਆ ਉਹਨੂੰ ਅੱਗੇ ਲੈ ਕੇ ਜਾਣਾ। ਅੰਸ਼ੂ ਜੀ ਇੱਕ ਡਾਇਨਾਮਿਕ ਲੀਡਰ ਜਿਹੜੇ ਆਪਣੇ ਇੰਸਟੀਟਿਊਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਸੀ, ਅਸੀਂ ਸਾਰਿਆਂ ਦੀ ਰਾਏ ਕਰਕੇ ਇਹਨਾਂ ਨੂੰ ਅੱਗੇ ਲਾਇਆ। ਵਨ ਮੈਨ ਆਰਮੀ ਹੈਗੇ ਨੇ ਆਪਣੇ ਆਪ ਦੇ ਵਿੱਚ, ਜਿਹੜੀ ਆਲਰੇਡੀ ਇਹਨਾਂ ਨੂੰ ਉਪਾਧੀ ਦਿੱਤੀ ਗਈ ਹੈ ਧਾਲੀਵਾਲ ਜੀ ਵੱਲੋਂ ਹਨੂੰਮਾਨ ਜੀ ਦੀ, ਉਹ ਆਪਣੇ ਆਪ ਦੇ ਵਿੱਚ ਬਹੁਤ ਸਹੀ ਹੈਗੀ ਹੈ ਕਿ ਪੂਰੇ ਜਿਵੇਂ ਸਿੱਧੂ ਮੂਸੇਵਾਲਾ ਦਾ ਕੰਮ ਹੈਗਾ ਇਹਨਾਂ ਨੂੰ ਪੂਰੀ ਇੰਡਸਟਰੀ ਨੂੰ ਪਹਿਲਾਂ ਹੀ ਧੱਕੀ ਜਾਂਦਾ, ਇਹ ਸਾਡਾ ਅੰਸ਼ੂ ਸਿੱਧੂ ਮੂਸੇਵਾਲਾ ਕੱਲਾ ਇੰਡਸਟਰੀ ਨੂੰ ਖਿੱਚੀ ਫਿਰਦਾ ਇਕੱਠੇ ਕਰਨ ਦਾ, ਸਾਰੇ ਇੱਕ ਮੁੱਠ ਹੋ ਕੇ ਜੋ ਸੰਘਰਸ਼ ਕਰ ਰਹੇ ਆ, ਜੋ ਇਨਕਲਾਬ ਲਿਆਉਣਾ ਚਾਹੁੰਦੀ ਹੈ।